ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਕੁੰਭ ਰਾਸ਼ੀ ਵਾਲਿਆਂ ਨੂੰ 2024 ਦੀਆਂ ਦੱਸਾਂਗੇ ਕਿ ਕਿਸ ਕਿਸ ਤਾਰੀਖ ਤੇ ਕਿਸ ਕਿਸ ਡੇਟ ਤੇ ਤੁਹਾਨੂੰ ਫਾਇਦਾ ਹੋਣ ਵਾਲਾ ਹੈ, ਕੀ ਫਾਇਦਾ ਹੋਣ ਵਾਲਾ ਹੈ। ਕਿਉਂਕਿ ਦੇਖੋ ਜੀ, ਕੁੰਭ ਰਾਸ਼ੀ ਵਾਲਿਆਂ ਵਾਸਤੇ 2023 ਕਿਸੇ ਅਭਿਸ਼ਾਪ ਤੋਂ ਘੱਟ ਨਹੀਂ ਸੀ, ਹੈ ਨਾ। ਪਰ 2024 ਦੀ ਜੇਕਰ ਕੈਲਕੂਲੇਸ਼ਨ ਕਰਦੇ ਹਾਂ ਤਾਂ ਇਹ ਸਾਲ 2024 ਕਿਸੇ ਤੋਹਫੇ ਤੋਂ ਘੱਟ ਨਹੀਂ ਹੋਏਗਾ। ਜਾਂ ਫਿਰ ਇੰਜ ਕਹਿ ਲੋ ਕਿ ਜੇਕਰ 2023 ਤਬਾਹੀ ਸੀ ਤਾਂ 2024 ਤੋਹਫਾ ਹੈ। ਕਿਉਂ ਤੇ ਕਿਵੇਂ, ਇਹ ਸਭ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੂਰਾ ਦੱਸਾਂਗੇ। ਤੇ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਪਹਿਲਾ ਆਈਕਨ ਦਾ ਬਟਨ ਜ਼ਰੂਰ ਦਬਾਓ ਜੀ, ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਸਕੇ। ਤੇ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰੋ ਜੀ। 2024 ਕੁੰਭ ਰਾਸ਼ੀ ਵਾਲਿਆਂ ਲਈ ਬਹੁਤ 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 ਸ਼ਾਨਦਾਰ ਹੈ। ਕੁੰਭ ਰਾਸ਼ੀ ਦੇ ਸਵਾਮੀ ਸ਼ਨੀ ਮਹਾਰਾਜ ਹਨ, ਇਹਨਾਂ ਤੇ ਤੁਹਾਨੂੰ ਮੈਂ ਸ਼ਾਇਦ ਜਾਣਕਾਰੀ ਦਿੰਦੀ ਰਹਿੰਦੀ ਹਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਚੱਲ ਹੀ ਗਿਆ ਹੋਏਗਾ। ਸਾਲ ਦੀ ਸ਼ੁਰੂਆਤ 21 ਜਨਵਰੀ, ਹਾਂਜੀ 21 ਜਨਵਰੀ ਤੋਂ ਤੁਹਾਡੀ ਪੈਸਿਆਂ ਦੀ ਆਵਾਜਾਈ ਸ਼ੁਰੂ ਹੋ ਜਾਏਗੀ। ਸਪੈਸ਼ਲੀ 21 ਜਨਵਰੀ ਕਿਉਂ ਕਹਿ ਰਹੇ ਹਾਂ, ਕਿਉਂਕਿ ਤੁਹਾਡਾ ਜੋ ਮੰਗਲ ਹੈ ਉਹ ਕਰਮੇਸ਼ ਹੈ ਤੇ ਉਹ ਬੜਾ ਹੀ ਸ਼ੁਭ ਮੰਨਿਆ ਗਿਆ ਹੈ। ਤੁਹਾਡਾ ਮਾਨ ਸਨਮਾਨ ਦਾ, ਪਦ ਪ੍ਰਤਿਸ਼ਠਾ ਦਾ, ਨੌਕਰੀ ਦਾ ਸਭ ਵਧੀਆ ਹੋਵੇਗਾ। ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ 21 ਜਨਵਰੀ ਤੋਂ ਲੈ ਕੇ 30 ਅਪ੍ਰੈਲ ਦੇ ਵਿੱਚ ਨੌਕਰੀ ਲੱਗ ਸਕਦੀ ਹੈ। ਜੇਕਰ ਇੰਟਰਵਿਊ ਦੇ ਕੇ ਥੱਕ ਗਏ ਹੋ, ਕਾਲ ਹੀ ਨਹੀਂ ਆ ਰਹੀ ਸੀ ਤਾਂ ਇੰਟਰਵਿਊ ਦਾ ਤੁਹਾਨੂੰ ਕਾਲ ਵੀ ਆਏਗਾ। ਤੇ ਜੇਕਰ ਤੁਸੀਂ ਇੰਟਰਵਿਊ ਦਾ ਪਹਿਲਾ ਰਾਉਂਡ ਦੇ ਚੁੱਕੇ ਹੋ, ਦੂਜਾ ਤੀਜਾ ਰਾਉਂਡ ਹਾਲੇ ਹੋਣ ਵਾਲਾ ਹੈ ਤਾਂ ਉਹ ਵੀ ਤੁਹਾਡਾ ਕਲੀਅਰ ਹੋ ਜਾਏਗਾ। ਜੌਬ ਵਿੱਚ ਪ੍ਰਮੋਸ਼ਨ ਹੁੰਦੀ ਹੀ ਨਹੀਂ ਹੈ, ਤੁਹਾਡੀ ਬੌਸ ਜਿਹੜਾ ਹੈ ਤੁਹਾਡਾ ਤੁਹਾਡੇ ਤੋਂ ਖੁਸ਼ ਹੁੰਦਾ ਹੀ ਨਹੀਂ ਹੈ। ਤੁਹਾਡੇ ਜਿਹੜੇ ਆਫਿਸ ਦੇ ਕੋਲੀਗਸ ਹਨ ਤੁਹਾਡੀ ਉਹਨਾਂ ਨਾਲ ਬਣਦੀ ਹੀ ਨਹੀਂ ਹੈ। ਤੁਹਾਡੇ ਕੰਮ ਦਾ ਕ੍ਰੈਡਿਟ ਜੋ ਹੈ ਕੋਈ ਹੋਰ ਲੈ ਜਾਂਦਾ ਹੈ ਤਾਂ ਇਹ ਸਭ ਹੁਣ ਤੁਹਾਡੇ ਨਾਲ ਨਹੀਂ ਹੋਏਗਾ। 21 ਜਨਵਰੀ ਤੋਂ ਲੈ ਕੇ 30 ਅਪ੍ਰੈਲ ਜੋ ਮੈਂ ਤੁਹਾਨੂੰ ਦੱਸਿਆ ਹੈ, ਤੁਹਾਡਾ ਬਹੁਤ 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 ਹੀ ਤੁਹਾਡੀ ਜੌਬ ਵਾਸਤੇ ਵਧੀਆ ਜਾਣ ਵਾਲਾ ਹੈ। ਤੁਸੀਂ ਡੇਟ ਨੋਟ ਕਰਕੇ ਰੱਖ ਲਓ, 21 ਜਨਵਰੀ ਤੋਂ ਲੈ ਕੇ 30 ਅਪ੍ਰੈਲ ਤੱਕ ਜਿਹੜਾ ਤੁਹਾਡਾ ਸਮਝ ਲਓ ਭਾਗ ਹੈ ਉਹ ਵੀ ਬੜਾ ਚਮਕੇਗਾ, ਕਿਉਂਕਿ ਗੁਰੂ ਦੀ ਦ੍ਰਿਸ਼ਟੀ ਉਸਦੇ ਉੱਤੇ ਪੈਣ ਵਾਲੀ ਹੈ। ਤੀਜੇ ਘਰ ਵਿੱਚ ਮੰਗਲ ਦੀ ਸਥਿਤੀ ਵੀ ਬਹੁਤ ਜ਼ਿਆਦਾ ਅੱਛੀ ਹੈ, ਇਸ ਕਰਕੇ ਨੌਕਰੀ ਨੂੰ ਲੈ ਕੇ, ਮਾਨ ਸਨਮਾਨ ਨੂੰ ਲੈ ਕੇ, ਪੈਸੇ ਨੂੰ ਲੈ ਕੇ ਵੀ ਬਹੁਤ ਵਧੀਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ 5 ਅਪ੍ਰੈਲ ਤੱਕ ਤੁਸੀਂ ਪੈਸੇ ਦੇ ਮਾਮਲੇ ਨੂੰ ਲੈ ਕੇ ਬਹੁਤ ਤੁਹਾਡੇ ਨਾਲ ਅੱਛਾ ਹੋਣ ਵਾਲਾ ਹੈ। ਰੁਕਿਆ ਹੋਇਆ ਪੈਸਾ ਵਾਪਸ ਮਿਲੇਗਾ। ਪੁਸ਼ਤੈਨੀ ਜਾਇਦਾਦ ਨੂੰ ਲੈ ਕੇ ਜੋ ਵਾਦ ਵਿਵਾਦ ਤੁਹਾਡਾ ਚੱਲ ਰਿਹਾ ਹੈ ਉਸ ਦੇ ਵੀ ਠੀਕ ਹੋਣ ਦੇ ਯੋਗ ਹਨ। ਤੇ ਦੇਖੋ, ਕਿਉਂਕਿ ਸ਼ਨੀ ਲਗਨੇਸ਼ ਹੋਣ ਦੇ ਕਾਰਨ ਤੁਹਾਡੀ ਹੈਲਥ ਜਿਹੜੀ ਹੈ ਉਹ ਵੀ ਅੱਛੀ ਰਹੇਗੀ, ਠੀਕ ਹੈ, ਹੈਲਦੀ ਰਹੋਗੇ ਤੁਸੀਂ, ਮੈਂਟਲ ਸਟ੍ਰੈਸ ਘੱਟ ਹੋਵੇਗਾ, ਫਾਈਨੈਂਸ਼ਲੀ ਤੁਸੀਂ ਅੱਛੇ ਹੋ ਜਾਓਗੇ। ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ, ਤੁਸੀਂ ਧਿਆਨ ਇਹ ਰੱਖਣਾ ਹੈ ਕਿ ਬੋਲ, ਤੁਹਾਡੇ ਜਿਹੜੇ ਬੋਲ ਹਨ, ਤੁਹਾਡੀ ਵਾਣੀ ਹੈ ਉਸ ਦੇ ਉੱਤੇ ਤੁਸੀਂ ਕੰਟਰੋਲ ਰੱਖਣਾ ਹੈ। ਕਿਸੇ ਵੀ ਤਰੀਕੇ ਨਾਲ
ਤੁਹਾਡੇ ਦੁਆਰਾ ਕਿਸੇ ਨੂੰ ਦੁੱਖ ਨਹੀਂ ਪਹੁੰਚਣਾ ਚਾਹੀਦਾ, ਖਾਸ ਕਰ ਜੋ ਤੁਹਾਡੇ ਤੋਂ ਵੱਡੇ ਹਨ ਤੇ ਜੋ ਤੁਹਾਡੇ ਤੋਂ ਛੋਟੇ ਵੀ ਹਨ ਉਹਨਾਂ ਦਾ ਵੀ। ਫਿਰ ਵੀ ਵਿਸ਼ੇਸ਼ ਕਰ ਜੋ ਤੁਹਾਡੇ ਪਰਿਵਾਰਿਕ ਰਿਸ਼ਤੇ ਘਰ ਵਾਲੇ ਜੋ ਹੋਣਗੇ ਉਹਨਾਂ ਦੇ ਨਾਲ ਕੋਈ ਐਸਾ ਤੁਸੀਂ ਵਰਤਾਵ ਨਹੀਂ ਕਰਨਾ ਹੈ ਜਿਸ ਨਾਲ ਉਹਨਾਂ ਦੇ ਦਿਲ ਨੂੰ ਚੋਟ ਪਹੁੰਚੇ। ਇਸ ਦੇ ਨਾਲ ਨਾਲ ਲੇਬਰ ਮਜ਼ਦੂਰ ਵਰਗ ਨਾਲ ਕੋਈ ਤੁਸੀਂ ਮਾੜਾ ਵਰਤਾਵ ਨਹੀਂ ਕਰਨਾ ਹੈ, ਉਹਨਾਂ ਨੂੰ ਖੁਸ਼ ਰੱਖਣਾ ਹੈ। 5 ਅਪ੍ਰੈਲ ਤੱਕ ਇਹ ਸ਼ਨੀ ਮਹਾਰਾਜ ਤੁਹਾਨੂੰ ਬਹੁਤ ਪੈਸਾ ਦੇਣਗੇ। ਦੇਖੋ ਜਿਵੇਂ ਕੋਈ ਪੈਸਾ ਹੈ ਬਹੁਤ ਦਿਨਾਂ ਤੋਂ ਤੁਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਸੀ, ਹੈ ਨਾ, ਜਾਂ ਫਿਰ ਕਿਸੇ ਨੂੰ ਤੁਸੀਂ ਪੈਸਾ ਦੇਣਾ ਹੈ ਪਰ ਤੁਹਾਡੇ ਕੋਲ ਪੈਸਾ ਦੇਣ ਵਾਸਤੇ ਨਹੀਂ ਹੈ, ਮਤਲਬ ਤੁਸੀਂ ਵਾਪਸ ਨਹੀਂ ਕਰ ਪਾ ਰਹੇ ਹੋ, ਤਾਂ ਇਹ ਸ਼ਨੀ ਦਾ ਜਿਹੜਾ ਸ਼ੁੱਤ ਯੋਗ ਹੈ ਜਿੱਥੋਂ ਪੈਸਾ ਲੈਣਾ ਹੈ ਉਹ ਮਿਲੇਗਾ, ਜਿਸ ਨੂੰ ਦੇਣਾ ਹੈ ਉਹ ਤੁਸੀਂ ਉਸ ਨੂੰ ਦੇ ਪਾਓਗੇ। ਹੁਣ ਜੇਕਰ ਅਸੀਂ ਦਾਮਪੱਤੇ ਜੀਵਨ ਵਿਵਾਹਿਕ ਜੀਵਨ ਦੀ ਗੱਲ ਕਰੀਏ ਤਾਂ ਉਹ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਵੀ ਤੁਹਾਡਾ ਬਹੁਤ ਅੱਛਾ ਰਹਿਣ ਵਾਲਾ ਹੈ। ਹੁਣ ਤੁਸੀਂ ਦੇਖ ਲੋ ਤਿੰਨਾਂ ਦੀ ਹੀ ਸਥਿਤੀ ਦੇਖ ਲੋ, ਗੁਰੂ ਰਾਹੂ ਤੇ ਸ਼ਨੀ, ਠੀਕ ਹੈ, ਇਹਨਾਂ ਦੀ ਸਥਿਤੀ ਬਹੁਤ ਹੀ ਚੰਗੀ ਦਿਖਾਈ ਦੇ ਰਹੀ ਹੈ। ਹੁਣ 30 ਅਪ੍ਰੈਲ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ 3 ਮਈ ਤੋਂ ਲੈ ਕੇ 3 ਜੂਨ ਤੱਕ ਗੁਰੂ ਜੋ ਹੈ ਅਸਤ ਹੋਣਗੇ, ਤਾਂ ਇਹ ਦਿਨਾਂ ਵਿੱਚ ਤੁਹਾਡੀ ਜਿਹੜੀ ਇਨਕਮ ਦੀ ਆਵਾਜਾਈ ਦੱਸੀ ਸੀ ਉਹ ਥੋੜੀ ਜੀ ਘੱਟ ਹੋ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ 30 ਅਪ੍ਰੈਲ ਤੱਕ ਤੁਸੀਂ ਆਪਣੇ ਸਾਰੇ ਮਤਲਬ ਵੱਡੇ ਵੱਡੇ ਸਪੈਸ਼ਲ ਕੰਮ ਕਰ ਲੈਣੇ ਹਨ, ਕੋਈ ਆਲਸ ਨਹੀਂ ਕਰਨਾ ਹੈ, ਭਾਵੇਂ ਪੈਸੇ ਨੂੰ ਲੈ ਕੇ ਜਾਂ ਆਪਣੇ ਕੰਮ ਨੂੰ ਲੈ ਕੇ ਜਾਂ ਵਿਵਾਹ ਸੰਬੰਧੀ ਕਿਸੇ ਦੇ ਨਾਲ ਗੱਲ ਕਰਨੀ ਹੈ, ਤਾਂ ਉਹ ਤੁਸੀਂ 30 ਅਪ੍ਰੈਲ ਤੱਕ ਇਹ ਸਾਰੇ ਕੰਮ ਆਪਣੇ ਕਰ ਲੈਣੇ ਹਨ। ਬਸ ਤੁਸੀਂ 1 ਮਹੀਨੇ ਵਿੱਚ ਕਦੋਂ ਤੋਂ 3 ਮਈ ਤੋਂ ਲੈ ਕੇ 3 ਜੂਨ ਵਿੱਚ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇ ਨਵੀਂ ਗੱਡੀ ਖਰੀਦਣੀ ਹੈ, ਪ੍ਰੋਪਰਟੀ ਖਰੀਦਣੀ ਹੈ ਜਾਂ ਘਰ ਖਰੀਦਣਾ ਹੈ, ਕਿਸੇ ਨਵੇਂ ਤੁਹਾਡੀ ਦੋਸਤੀ ਮਿੱਤਰ ਨਾਲ ਕੋਈ ਦੋਸਤੀ ਹੁੰਦੀ ਹੈ ਨਵੇਂ ਬੰਦਿਆਂ ਦੇ ਨਾਲ, ਤੇ ਇਸ ਤੋਂ ਇਲਾਵਾ ਆਪਣੀ ਮਾਤਾ ਦਾ ਵੀ ਸਵਾਸਥ ਦਾ ਧਿਆਨ ਰੱਖਣਾ, ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਇਸ ਮਹੀਨੇ ਦੇ ਅੰਦਰ ਧਿਆਨ ਰੱਖਣਾ ਹੈ, ਕੋਈ ਨਵੀਂ ਚੀਜ਼ ਤਾਂ ਤੁਸੀਂ ਖਰੀਦਣੀ ਨਹੀਂ ਹੈ। ਬਸ ਫਿਰ ਉਸ ਤੋਂ ਬਾਅਦ 3 ਜੂਨ ਤੋਂ ਬਾਅਦ ਫਿਰ ਤੋਂ ਤੁਹਾਡਾ ਵਧੀਆ ਸ਼ੁਰੂ ਹੋ ਜਾਏਗਾ, ਇਨਕਮ ਦਾ, ਜੋਬ ਦਾ, ਠੀਕ ਹੈ, ਪ੍ਰਮੋਸ਼ਨ ਦਾ, ਸਭ ਕੁਛ ਵਧੀਆ ਹੋਣਾ ਸ਼ੁਰੂ ਹੋ ਜਾਏਗਾ। ਪਰ 1 ਮਹੀਨਾ ਤੁਸੀਂ 3 ਮਈ ਤੋਂ ਲੈ ਕੇ 3 ਜੂਨ ਤੱਕ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਬਸ ਤੁਸੀਂ ਆਪਣਾ ਜਿਹੜਾ ਹੈ ਆਚਾਰ ਵਿਚਾਰ ਤੁਹਾਡਾ ਮਤਲਬ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਝੂਠ ਦੇ ਆਧਾਰ ਤੇ ਹੀ ਜੀਵਨ ਜੀ ਰਹੇ ਹੋ, ਠੀਕ ਹੈ, ਝੂਠ ਦਾ ਸਹਾਰਾ ਲੈ ਕੇ ਤੁਸੀਂ ਅੱਗੇ ਨਹੀਂ ਵਧਣਾ ਹੈ। ਜੇ ਇਸ ਤਰ੍ਹਾਂ ਦਾ ਰੱਖੋਗੇ ਤੁਸੀਂ ਆਪਣਾ ਵਧੀਆ ਆਚਰਣ ਅੱਛਾ ਰੱਖੋਗੇ ਤਾਂ 3 ਜੂਨ ਤੋਂ ਬਾਅਦ ਤੁਹਾਡਾ ਫਿਰ ਤੋਂ ਸਭ ਵਧੀਆ ਹੋਣਾ ਹੀ ਹੋਣਾ ਹੈ। ਤੇ ਉਸ ਤੋਂ ਬਾਅਦ 12 ਜੂਨ ਤੋਂ ਸੋਨੇ ਤੇ ਸੁਹਾਗਾ ਕੀ ਹੋਏਗਾ ਕਿ ਜਿਹੜਾ ਇਹ ਗੁਰੂ ਗ੍ਰਹਿ ਹੈ ਉਹ ਚੰਦਰਮਾ ਦੇ ਨਾਲ ਮਿਲ ਜਾਏਗਾ, ਤੇ ਜਦੋਂ ਇਸ ਤਰ੍ਹਾਂ ਦਾ ਯੋਗ ਬਣੇਗਾ ਤਾਂ ਤੁਹਾਡਾ ਜਿਹੜਾ ਕਰਜ਼ਾ ਹੈ ਜੋ ਤੁਸੀਂ ਕਾਫੀ ਟਾਈਮ ਤੋਂ ਦੇ ਨਹੀਂ ਪਾ ਰਹੇ ਸੀ ਉਹ ਤੁਸੀਂ ਉਤਾਰਨਾ ਸ਼ੁਰੂ ਕਰ ਦੋਗੇ, ਤੁਸੀਂ ਦੇ ਪਾਓਗੇ। ਜਾਂ ਤੁਸੀਂ ਇੰਝ ਵੀ ਕਹਿ ਸਕਦੇ ਹੋ ਕਿ ਇਹ ਜਿਹੜਾ ਸਾਲ ਹੈ ਤੁਹਾਨੂੰ ਕਰਜ਼ੇ ਤੋਂ ਮੁਕਤੀ ਦਿਲਾਏਗਾ, ਭਾਵੇਂ ਤੁਸੀਂ 30 ਅਪ੍ਰੈਲ ਤੋਂ ਪਕੜ ਲਓ, ਠੀਕ ਹੈ, ਜਾਂ ਫਿਰ ਤੁਸੀਂ ਇਹ 3 ਜੂਨ ਤੋਂ ਬਾਅਦ ਦਾ ਪਕੜ ਲਓ, ਕਹਿਣ ਦਾ ਭਾਵ ਹੈ ਕਿ ਤੁਸੀਂ ਕਰਜ਼ੇ ਤੋਂ ਮੁਕਤ ਹੋ ਹੀ ਜਾਓਗੇ।
ਹੁਣ ਜਿਹੜੇ ਲੋਕ ਵਪਾਰ ਬਿਜ਼ਨਸ ਕਰਦੇ ਹਨ ਉਹਨਾਂ ਵਾਸਤੇ ਵੀ ਅੱਛਾ ਹੈ ਜੋ ਗਾਰਮੈਂਟਸ ਦਾ ਕੰਮ ਕਰਦੇ ਹਨ, ਕਿਉਂਕਿ ਦੇਖੋ ਮੰਗਲ ਬੁੱਧ ਗ੍ਰਹਿ, ਮੰਗਲ ਬੁੱਧ ਤੇ ਗੁਰੂ ਸਭ ਅੱਛਾ ਹੈ, ਇਸ ਕਰਕੇ ਗਾਰਮੈਂਟਸ ਦਾ ਕੰਮ ਬਹੁਤ ਵਧੀਆ ਚੱਲੇਗਾ। ਜਾਂ ਤੁਸੀਂ ਹੋਟਲ ਰੈਸਟੋਰੈਂਟ ਦਾ ਕੰਮ ਕਰਦੇ ਹੋ, ਜਾਂ ਫਿਰ ਤੁਸੀਂ ਕੋਈ ਸਟਾਰਟਅਪ ਕਰਨਾ ਚਾਹੁੰਦੇ ਹੋ, ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਛੋਟੇ ਉਦਯੋਗਪਤੀ ਹੋ, ਸਭ ਵਾਸਤੇ ਬੜਾ ਹੀ ਵਧੀਆ ਹੈ ਇਹ ਬਿਜ਼ਨਸ ਮੈਨ ਵਾਲਿਆਂ ਵਾਸਤੇ ਵੀ, ਠੀਕ ਹੈ। ਉਸ ਤੋਂ ਬਾਅਦ 20 ਅਕਤੂਬਰ ਤੋਂ ਬਾਅਦ ਜਿਹੜਾ ਮੰਗਲ ਹੈ ਨਾ, ਉਹ ਥੋੜਾ ਨੀਚ ਦਾ ਹੋ ਰਿਹਾ ਹੈ, ਠੀਕ ਹੈ। ਇਸ ਕਰਕੇ ਤੁਹਾਨੂੰ ਥੋੜੀ ਜਿਹੀ ਸਾਵਧਾਨੀ ਵਰਤਣੀ ਹੈ, ਪਰਮਾਤਮਾ ਦਾ ਨਾਮ ਲੈਣਾ ਹੈ, ਸਿਮਰਨ ਕਰਨਾ ਹੈ। ਜਿਹੜੇ ਵੀ ਤੁਸੀਂ ਇਸ਼ਟ ਦੇਵਤਾ ਨੂੰ ਮੰਨਦੇ ਹੋ, ਜੋ ਲੋਕ ਹਨੂੰਮਾਨ ਨੂੰ ਮੰਨਦੇ ਹਨ, ਹਨੂੰਮਾਨ ਚਾਲੀਸਾ ਤੁਸੀਂ ਜ਼ਰੂਰ ਪੜ੍ਹਨਾ ਹੈ, ਕਿਉਂਕਿ ਮੰਗਲ ਨੀਚ ਦਾ ਹੋਣ ਵਾਲਾ ਹੈ। ਇਸ ਕਰਕੇ ਹਨੂੰਮਾਨ ਜੀ ਦੀ ਪੂਜਾ ਤਾਂ ਤੁਹਾਨੂੰ ਕਰਨੀ ਹੀ ਚਾਹੀਦੀ ਹੈ, ਜੋ ਵੀ ਮੰਨਦੇ ਹਨ। ਮੈਂ ਤੁਹਾਨੂੰ ਦੱਸਿਆ ਹੈ ਕਿ ਜੋ ਵੀ ਤੁਸੀਂ ਆਪਣੇ ਇਸ਼ਟ ਦੇਵੀ ਦੇਵਤਾ ਨੂੰ ਮੰਨਦੇ ਹੋ, ਉਸ ਦੇ ਅਨੁਸਾਰ ਮੈਂ ਦੱਸ ਰਹੀ ਹਾਂ, ਜਿਸ ਤਰ੍ਹਾਂ ਤੁਹਾਡੇ ਗ੍ਰਹਿਆਂ ਦੀ ਨਕਸ਼ਤਰ ਜਿਸ ਤਰ੍ਹਾਂ ਦੇ ਬਦਲ ਰਹੇ ਹਨ, ਉਸ ਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਰਹੀ ਹਾਂ। ਬਿਜ਼ਨਸ ਵਾਲਿਆਂ ਵਾਸਤੇ ਵੀ ਅੱਛਾ ਹੈ, ਜੋ ਰੀਅਲ ਇਸਟੇਟ ਦਾ ਕੰਮ ਕਰਦੇ ਹਨ ਉਹਨਾਂ ਦੇ ਵਾਸਤੇ ਵੀ ਬਹੁਤ ਅੱਛਾ ਸਾਲ ਜਾਣ ਵਾਲਾ ਹੈ। ਜੋ ਕੰਸਟਰਕਸ਼ਨ ਦਾ ਕੰਮ ਕਰਦੇ ਹਨ, ਬਹੁਤ ਅੱਛਾ ਉਹਨਾਂ ਦਾ ਇਹ ਸਾਲ ਜਾਣ ਵਾਲਾ ਹੈ। ਜਾਂ ਫਿਰ ਤੁਸੀਂ ਡਾਕਟਰ ਹੋ, LLB ਕਰ ਰਹੇ ਹੋ, ਲਾਇਰ ਹੋ ਜਾਂ ਪ੍ਰੈਕਟਿਸ ਕਰ ਰਹੇ ਹੋ, ਉਹਨਾਂ ਦੇ ਲਈ ਵੀ ਬੜੇ ਚੰਗੇ ਸ਼ੁਭ ਯੋਗ ਬਣ ਰਹੇ ਹਨ ਸਾਲ 2024 ਵਿੱਚ। ਹਾਂ, ਜੋ CA ਹਨ ਉਹਨਾਂ ਵਾਸਤੇ ਵੀ ਅੱਛਾ ਹੈ, ਕਿਉਂਕਿ ਬੁੱਧ ਬੜੀ ਅੱਛੀ ਸਥਿਤੀ ਵਿੱਚ ਹੈ, ਬੁੱਧ ਬੁੱਧੀ ਦਾ ਮੰਨਿਆ ਜਾਂਦਾ ਹੈ, ਤਾਂ ਸਾਰੇ ਗੁਰੂ ਦੀ ਵੀ ਦਸ਼ਾ ਅੱਛੀ ਹੈ, ਤਾਂ ਇਹਨਾਂ ਦਾ ਸਾਰਿਆਂ ਦਾ ਜੇਕਰ ਅਸੀਂ ਕੈਲਕੂਲੇਸ਼ਨ ਕਰਦੇ ਹਾਂ, ਤਾਂ ਇਹਨਾਂ ਲੋਕਾਂ ਵਾਸਤੇ ਬਹੁਤ ਹੀ ਵਧੀਆ ਯੋਗ ਬਣ ਰਹੇ ਹਨ। ਤੇ ਜਿਹੜੇ ਲੋਕ ਵਿਦੇਸ਼ ਜਾਣ ਦੀ ਸੋਚ ਰਹੇ ਹਨ, ਉੱਥੇ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਵਾਸਤੇ ਵੀ ਬੜਾ ਅੱਛਾ ਯੋਗ ਬਣਦਾ ਦਿਖਾਈ ਦੇ ਰਿਹਾ ਹੈ। ਹੁਣ ਸਟੂਡੈਂਟਸ ਦੀ ਗੱਲ ਕਰੀਏ, ਤਾਂ ਜੇਕਰ ਉਹ ਕਿਸੇ ਇਗਜ਼ਾਮ ਦੀ ਤਿਆਰੀ ਕਰ ਰਹੇ ਹਨ, ਹੈ ਨਾ, UPSC ਦੀ ਤਿਆਰੀ ਕਰ ਰਹੇ ਹਨ, ਉਹ ਵੀ ਉਹਨਾਂ ਵਾਸਤੇ ਬਹੁਤ ਜ਼ਿਆਦਾ ਅੱਛਾ ਹੈ ਇਹ ਸਾਲ। ਹੋ ਸਕਦਾ ਹੈ ਤੁਸੀਂ ਆਪਣਾ ਇਹ ਇਗਜ਼ਾਮ ਕਲੀਅਰ ਕਰ ਜਾਓ, ਇਸ ਦੇ ਵੀ ਯੋਗ ਨਜ਼ਰ ਆ ਰਹੇ ਹਨ। ਸਵਾਸਥ ਦੀ ਦ੍ਰਿਸ਼ਟੀ ਤੋਂ ਵੀ ਦੇਖੀਏ ਤਾਂ ਇਹ ਸਾਲ ਤੁਹਾਡੇ ਵਾਸਤੇ ਅੱਛਾ ਦਿਖਾਈ ਦੇ ਰਿਹਾ ਹੈ। ਜੇਕਰ ਤੁਸੀਂ ਰੋਗੀ ਹੋ ਤਾਂ ਨਿਰੋਗੀ ਹੋ ਜਾਓਗੇ, ਇਹ ਪੱਕਾ ਗਾਰੰਟੀ ਨਾਲ ਅਸੀਂ ਕਹਿ ਸਕਦੇ ਹਾਂ। ਤੇ ਸ਼ਨੀ 5 ਅਕਤੂਬਰ ਤੋਂ ਲੈ ਕੇ 26 ਦਸੰਬਰ ਤੱਕ, ਫਿਰ ਤੋਂ ਸ਼ਤੀ ਵਿਸ਼ੇਸ਼ਤਾ ਨਿਸ਼ਚਿਤ ਵਿੱਚ ਆਏਗਾ। ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਆਪਣਾ ਆਚਰਣ ਆਚਾਰ ਵਿਚਾਰ ਬਿਲਕੁਲ ਵਧੀਆ ਰੱਖਣਾ ਹੈ, ਬਿਲਕੁਲ ਸ਼ਾਰਟਕਟ ਨਹੀਂ ਅਪਣਾਉਣਾ ਹੈ, ਝੂਠ ਨਹੀਂ ਅਪਣਾਉਣਾ ਹੈ, ਝੂਠ ਦੇ ਸਹਾਰੇ ਤੇ ਨਹੀਂ ਚੱਲਣਾ ਹੈ, ਤੁਸੀਂ 2 ਨੰਬਰ ਦਾ ਕੰਮ ਵੀ ਬਿਲਕੁਲ ਨਹੀਂ ਕਰਨਾ ਹੈ, ਬਸ ਤੁਸੀਂ 1 ਨੰਬਰ ਦਾ ਹੀ ਕੰਮ ਕਰਨਾ ਹੈ, ਤੇ ਤੁਹਾਡਾ ਇਹ ਜਿਹੜਾ ਸਾਲ ਹੈ 1 ਨੰਬਰ ਤੁਹਾਡੇ ਵਾਸਤੇ ਰਹੇਗਾ। ਸੋ ਐਸੀ ਤੁਹਾਨੂੰ ਪੂਰੇ ਸਾਲ ਦਾ ਕੱਢਿਆ ਹੈ ਅਸੀਂ ਵਿਸ਼ਲੇਸ਼ਣ, ਜੋ ਤੁਹਾਨੂੰ ਜਾਣਕਾਰੀ ਦਿੱਤੀ ਹੈ, ਤੇ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਅਸੀਂ ਪੂਰਾ ਮੋਟਾ ਮੋਟੀ ਮੈਂ ਤੁਹਾਨੂੰ ਦੱਸਿਆ ਹੈ। ਜੇਕਰ ਅਸੀਂ ਪੂਰਾ ਡਿਟੇਲ ਵਿੱਚ ਜਾਵਾਂਗੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ, ਤੇ ਹਰ ਵਿਅਕਤੀ ਦੀ, ਹਰ ਮਨੁੱਖ ਦੀ ਕੁੰਡਲੀ ਅਲੱਗ ਅਲੱਗ ਹੁੰਦੀ ਹੈ, ਜਿਸ ਤਰ੍ਹਾਂ ਕਿ ਸਭ ਦਾ DNA ਅਲੱਗ ਅਲੱਗ ਹੁੰਦਾ ਹੈ ਨਾ, ਇਸੀ ਤਰ੍ਹਾਂ ਸਭ ਦੀ ਕੁੰਡਲੀ ਵੀ ਅਲੱਗ ਅਲੱਗ ਹੁੰਦੀ ਹੈ। ਕਹਿਣ ਦਾ ਭਾਵ ਕਿ ਜੇਕਰ ਤੁਹਾਡੀ ਲਗਨ ਕੁੰਡਲੀ ਠੀਕ ਹੈ, ਜੇ ਅੱਛੀ ਹੋਏਗੀ ਜਾਂ ਠੀਕ ਠਾਕ ਵੀ ਹੋਏਗੀ, ਤਾਂ ਜੋ ਵੀ ਮੈਂ ਦੱਸਿਆ ਹੈ ਉਹ ਪੂਰਾ ਤੁਹਾਡੇ ਉੱਤੇ ਲਾਗੂ ਹੋਏਗਾ ਹੀ ਹੋਏਗਾ। ਪਰ ਹੋ ਸਕਦਾ ਹੈ ਕਿ ਜਿਨ੍ਹਾਂ ਦੀ ਕੁੰਡਲੀ ਵਿੱਚ, ਜਿਨ੍ਹਾਂ ਦਾ ਲਗਨੇਸ਼, ਕਰਮੇਸ਼ ਤੇ ਭਾਗੇਸ਼ ਜੇਕਰ ਨੀਚ ਵਿੱਚ ਹੈ, ਹੈ ਨਾ, ਮ੍ਰਿਤ ਅਵਸਥਾ ਵਿੱਚ ਹੈ, ਤਾਂ ਹੋ ਸਕਦਾ ਹੈ ਫਿਰ ਇਹ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੁਹਾਡੇ ਉੱਤੇ ਉਹ ਸਟੀਕ ਨਾ ਬੈਠੇ। ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।